นนอนได้ดาวเป็นไงสุดท้ายด้วยใจแต่จะพอดชิงแอซิจูชิลิกูกรันแซนชิติปาร์ตเติมเต็ดาเดਮੇਰਾ ਨਾਮ ਹਰਜਿੰਦਰ ਸਿੰਘ ਜੀ ਜੀ ਅਸੀਂ ਜੋ ਅੱਜ ਦਾ ਨਜ਼ਾਰਾ ਦੇਖਿਆ ਤਰੀਫੇ ਲੈਕ ਸੀ ਕੀ ਲੱਗਦਾ ਕਿ ਸਿੱਖੀ ਦੀ ਜੋ ਆਪਾਂ ਸੇਵਾ ਕਰ ਸਕਦੇ ਇਸ ਤਰੀਕੇ ਨਾਲ ਕਰ ਸਕਦੇ ਜੋ ਅੱਗੇ ਆ ਕੇ ਇਹ ਸਾਡੇ ਇਤਿਹਾਸਕਰ ਬਣ ਹਾਂਜੀ ਬਿਲਕੁਲ ਸਾਡਾ ਮੰਤਰ ਹੋਣਾ ਚਾਹੀਦਾ ਹੈ ਕਿ ਕੈਚ ਦੈਮ ਯੰਗ ਵਾਲਾ ਛੋਟੀ ਉਮਰ 'ਚ ਅਗਰ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਾਂਗੇ ਤਾਂ ਹੀ ਅੱਗੇ ਸਾਨੂੰ ਸਿਖਾਉਣ ਦੀ ਲੋੜ ਨਹੀਂ ਪਏਗੀ ਗੁਰੂ ਸਾਹਿਬ ਨੇ ਸਿੱਖ ਸਜਾਏ ਸੀਗੇ ਜੋ ਖੁਦ ਰੋਲ ਮਾਡਲ ਸੀਗੇ ਜੋ ਆਪ ਹੀ ਜਿੱਥੇ ਖੜੇ ਹੋ ਜਾਣ ਉੱਥੇ ਪ੍ਰਚਾਰ ਹੁੰਦਾ ਸੀ ਅਤੇ ਹੁਣ ਅਗਰ ਛੋਟੇ ਬੱਚਿਆਂ ਨੂੰ ਅਸੀਂ ਸਿਖਾਵਾਂਗੇ ਨਹੀਂ ਅਸੀਂ ਇਹਨਾਂ ਨੂੰ ਛੋਟੀ ਉਮਰ 'ਚ ਹੀ ਨਹੀਂ ਪਕੜਾਂਗੇ ਅਤੇ ਵੱਡੇ ਹੋ ਕੇ ਨਹੀਂ ਫਿਰ ਕਾਬੂ ਆਉਂਦੇ ਹੈ ਵੱਡੇ ਹੋ ਕੇ ਜੋ ਫਿਰ ਸਾਡੇ ਨਾਲ ਸਰਕਾਰਾਂ ਨੇ ਕਾਂਡ ਕੀਤੇ ਨੇ ਜੋ ਸਰਕਾਰਾਂ ਆਪਣੇ ਘੁਸਪੇਟੀਏ ਬੰਦੇ ਵਿੱਚ ਪਾ ਕੇ ਸਾਡੇ ਸਰੂਪ ਨੂੰ ਖਰਾਬ ਕਰ ਰਹੀਆਂ ਨੇ ਬੇਸਿਕਲੀ ਸਰੂਪ ਨੂੰ ਸਾਡੇ ਖਰਾਬ ਕਿਸ ਤਰ੍ਹਾਂ ਕੀਤਾ ਜਾ ਰਿਹਾ ਕਿ ਜੋ ਨਵੇਂ ਬੱਚਿਆਂ ਨੂੰ ਲਿਆ ਕੇ ਅੱਗੇ ਦਾੜੀਆਂ ਰਖਵਾ ਦਿੱਤੀਆਂ ਜਾਂਦੀਆਂ ਕੇਸ ਹੁੰਦੇ ਨਹੀਂ ਪਗੜੀਆਂ ਬੰਨਣ ਦਾ ਰਿਵਾਜ਼ ਇੱਕ ਤਰ੍ਹਾਂ ਪੰਜਾਬ ਵਿੱਚ ਐਸਾ ਚੱਲਿਆ ਹੋਇਆ ਜੋ ਸਾਡੇ ਧਰਮ ਵਾਸਤੇ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਜੋ ਮੈਨੂੰ ਸਮਝ ਆਉਂਦੀ ਹੈ ਉਹ ਬੇਰੂਪੀਏ ਬਣ ਕੇ ਕਾਂਡ ਕਰਕੇ ਚਲੇ ਜਾਂਦੇ ਨੇ ਬਦਨਾਮ ਸਿੱਖ ਕੌਮ ਹੁੰਦੀ ਹੈ ਬਾਅਦ 'ਚ ਜਦੋਂ ਪੋਲ ਖੁੱਲਦੀ ਹੈ ਤਾਂ ਤੱਕ ਇੰਨੀ ਦੇਰ ਹੋ ਚੁੱਕੀ ਹੁੰਦੀ ਕਿ ਸਾਡਾ ਨੁਕਸਾਨ ਬਹੁਤ ਹੋ ਚੁੱਕਾ ਹੁੰਦਾ ਇਸ ਕਰਕੇ ਇੱਕ ਤਾਂ ਸਰਕਾਰ ਨੂੰ ਮੇਰੀ ਇਹ ਬੇਨਤੀ ਹੈ SGPC ਨੂੰ ਵੀ ਇਹ ਬੇਨਤੀ ਹੈ ਕਿ ਬਿਨਾਂ ਕੇਸਾਂ ਦੇ ਕਿਸੇ ਬੰਦੇ ਨੂੰ ਪਗੜੀ ਬੰਨਣ ਦੀ ਇਜਾਜ਼ਤ ਹੋਣੀ ਨਹੀਂ ਚਾਹੀਦੀ ਅੱਜ ਕੱਲ੍ਹ ਬੱਚਿਆਂ ਨੇ ਸ਼ੌਂਕ ਪਾਲ ਲਿਆ ਵਿਆਹ ਹੁੰਦਾ ਕੇਸ ਹੁੰਦੇ ਨਹੀਂ ਪਗੜੀਆਂ ਬੰਨ ਕੇ ਤੁਰ ਪੈਂਦੇ ਨੇ ਉਹ ਆਪਣੀ ਸ਼ੌਂਕ ਪੂਰੇ ਕਰਦੇ ਨੇ ਪਰ ਸਾਡੀ ਕੌਮ ਦਾ ਨੁਕਸਾਨ ਹੋ ਰਿਹਾ ਇਸ ਕਰਕੇ ਇਹ ਪਾਬੰਦੀ ਹੋਣੀ ਚਾਹੀਦੀ ਹੈ ਪੋਲੀਟੀਕਲ ਦੇਖੋ ਇਲੈਕਸ਼ਨ ਹੁੰਦੀ ਹੈ ਨੇਤਾ ਜਾਂਦਾ ਪਗੜੀ ਬੰਨ ਸਿਰ 'ਤੇ ਇੱਕ ਵਾਲ ਨਹੀਂ ਇਲੈਕਸ਼ਨ ਵੋਟਾਂ ਦੇ ਚੱਕਰ 'ਚ ਪਗੜੀ ਬੰਨ ਕੇ ਘੁੰਮਦਾ ਉਹ ਸਾਡੀ ਬੇਅਦਬੀ ਹੋ ਰਹੀ ਹੈ ਇੱਕ ਤਰ੍ਹਾਂ ਗੁਰੂ ਸਾਹਿਬ ਨੇ ਸਾਰਾ ਕੁਝ ਵਾਰ ਕੇ ਸਾਨੂੰ ਦਸਤਾਰ ਸੌਂਪੀ ਸੀ ਅਸੀਂ ਅੱਜ ਦਸਤਾਰ ਨੂੰ ਕਿੱਥੇ ਰੋਲਤਾ ਜਿਹਦੇ ਸਿਰ 'ਤੇ ਕੇਸ ਹੀ ਨਹੀਂ ਹੁਣ ਦਸਤਾਰ ਦੇਈ ਫਿਰਦੇ ਹਾਂ ਉਹਦੇ ਸਿਰ 'ਤੇ ਪਗੜੀ ਬੰਨਦੇ ਨੇ ਉਹਨੂੰ ਕਿਰਪਾਨ ਪਕੜਾ ਦਿੰਦੇ ਹਾਂ ਇਹ ਸਾਡੀ ਨੁਕਸਾਨ ਹੋ ਰਿਹਾ ਕੌਮ ਦਾ ਇਹ ਬੱਚਿਆਂ ਨੂੰ ਸਾਨੂੰ ਸ਼ੁਰੂ ਤੋਂ ਸਮਝਾਉਣਾ ਪੈਣਾ ਕਿ ਆਪਣੇ ਸਰੂਪ ਨੂੰ ਕੇਸਾਂ ਨੂੰ ਸੰਭਾਲ ਕੇ ਰੱਖਣਾ ਉਹਦੇ ਬਾਅਦ ਵੱਡੇ ਹੋ ਕੇ ਆਪੇ ਅੰਮ੍ਰਿਤ ਛੱਕ ਲੈਣਗੇ ਅੰਮ੍ਰਿਤ ਦੀ ਇੱਕ ਐਸੀ ਦਾਤ ਗੁਰੂ ਨੇ ਬਖਸ਼ੀ ਹੈ ਅਗਰ ਬੱਚੇ ਵਿੱਚ ਸਿੱਖੀ ਆ ਜਾਏਗੀ ਨਾ ਤਾਂ ਬੱਚਾ ਆਪੇ ਅੰਮ੍ਰਿਤ ਛਕਣ ਚਲਾ ਜਾਏਗਾ ਮਾਂ ਪਿਓ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਏਗੀ ਅੰਮ੍ਰਿਤ ਛਕੋ ਜਿਹੜਾ ਤੁਸੀਂ ਉਪਰਾਲਾ ਕਰ ਲਿਆ ਕਿ ਤਰੀਫੇ ਲੈ ਕੇ ਕੀ ਲੱਗਦਾ ਕਿ ਬੱਚਿਆਂ ਨੂੰ ਜਦੋਂ ਅਸੀਂ ਆਪਣੇ ਇਤਿਹਾਸ ਨਾਲ ਆਪਣੀ ਬਾਣੀ ਨਾਲ ਆਪਣੀ ਪਰੰਪਰਾ ਨਾਲ ਜੋੜਾਂਗੇ ਤਾਂ ਇਹ ਵੱਡੇ ਹੋ ਕੇ ਸਿੱਖ ਕੌਮ ਲਈ ਵੱਡੇ ਬਿਲਕੁਲ ਜੀ ਇਹੀ ਹੋਏਗਾ ਅਗਰ ਤੁਸੀਂ ਪਰੰਪਰਾ ਦੀ ਗੱਲ ਕੀਤੀ ਹੈ ਅੱਜ ਵੀ ਜਿਹੜੇ ਨਿਹੰਗ ਨੇ ਅਗਰ ਪੁਰਾਤਨ ਨਿਹੰਗਾਂ ਦਾ ਬਾਣਾ ਦੇਖ ਲਓ ਨਾ ਅਗਰ ਉਸ ਬਾਣੇ ਵਿੱਚ ਹੈਗੇ ਨੇ ਸਿੱਖੀ ਸਰੂਪ ਵਿੱਚ ਕਾਇਮ ਨੇ ਅਗਰ ਉਹ ਬੱਸ ਵਿੱਚ ਜਾਂਦੇ ਨੇ ਰੇਲ ਗੱਡੀ ਜਾਂਦੇ ਨੇ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਕਿਉਂਕਿ ਉਹ ਪਤਾ ਸਰੂਪ ਹੈ ਸਰੂਪ ਦੀ ਕਦਰ ਹੈ ਸਰੂਪ ਨੂੰ ਮਾਣ ਹੈ ਸਰੂਪ ਨੂੰ ਹੀ ਸਲਾਮ ਹੈ ਅਗਰ ਅਸੀਂ ਸਾਰਾ ਕੁਝ ਆਪਣਾ ਛੋੜਤਾ ਹੋਇਆ ਪੁਰਾਤਨ ਅਸੀਂ ਆਪਣੇ ਕੇਸ ਛੱਡਤੇ ਅਸੀਂ ਪੰਜਾਬੀ ਛੱਡਤੀ ਅਸੀਂ ਵਾਲ ਕਟਵਾ ਲਏ ਅਸੀਂ ਰੋਮਾਂ ਦੀ ਬੇਅਦਬੀ ਤੱਕ ਸਭ ਕੁਝ ਕਰਨ ਲੱਗ ਗਏ ਸਰੀਰ ਦੇ ਜਿਹੜੇ ਸਾਡੇ ਰੋਮ ਕਿਸੇ ਕੰਮ ਦੇ ਵੀ ਨਹੀਂ ਨਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਬਣਦਾਨੇ ਨੂੰ ਕੀ ਕਿਹਾ ਸੀਗਾ ਕਿਹਾ ਸੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਜਦੋਂ ਕਿਹਾ ਸੀ ਬਾਬਾ ਭਰਾ ਦੇ ਕਹਿੰਦਾ ਪੁੱਤਰ ਕਹਿੰਦਾ ਆਪਣੇ ਵਰਗਾ ਬਣਾਏਗਾ ਕਦੋਂ ਤੇ ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ ਸੀ ਕਿ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਹੈ ਅਸੀਂ ਅੱਜ ਟੰਗਾਂ ਦੇ ਵਾਲ ਪੈਰਾਂ ਦੇ ਵਾਲ ਹੱਥਾਂ ਦੇ ਵਾਲ ਕੱਢੀ ਫਿਰਦੇ ਹਾਂ ਤੋੜੀ ਫਿਰਦੇ ਹਾਂ ਹੋਰ ਕੁਝ ਨਹੀਂ ਰਹਿ ਗਿਆ ਸਾਡੇ ਕੋਲ ਜਿਹੜੇ ਸਾਨੂੰ ਮਨ੍ਹਾ ਕੀਤੀ ਸੀ ਪਰੰਪਰਾ ਸਾਡੀ ਜੋ ਪੁਰਾਤਨ ਹੈ ਸਾਡਾ ਜੋ ਸਿੱਖੀ ਸਰੂਪ ਹੈ ਕਿਸੇ ਦੇ ਘਰ ਵੀ ਬੱਚਾ ਜੰਮਦਾ ਹੈ ਅਗਰ ਉਹਨੂੰ ਛੇੜਿਆ ਛਾੜਿਆ ਨਾ ਜਾਵੇ ਉਹ ਕਿਹੜਾ ਸਰੂਪ ਲਏਗਾ ਉਹ ਮੇਰੇ ਵਰਗੇ ਸਰੂਪ ਵਿੱਚ ਹੀ ਆਏਗਾ ਮੇਰਾ ਖਿਆਲ ਅਸੀਂ ਵਾਲ ਨਾਲ ਕੈਂਚੀ ਨਾਲ ਵਾਲ ਕੱਢ ਕੇ
ਉਹਨੂੰ ਹਿੰਦੂ ਬਣਾ ਦਿੰਦੇ ਹਾਂ, ਸੁਨਤ ਕਰਕੇ ਅਸੀਂ ਕੈਂਚੀ ਨਾਲ ਮੁਸਲਮਾਨ ਬਣਾ ਦਿੰਦੇ ਹਾਂ। ਅਤੇ ਅਗਰ ਨਾ ਛੇੜਿਆ ਜਾਏ, ਕੁਝ ਨਾ ਕੀਤਾ ਜਾਏ, ਰੱਬ ਦੇ ਰੂਪ 'ਤੇ ਛੱਡਦਾ ਜਾਏ, ਪਰਮਾਤਮਾ ਦੀ ਡੋਰ ਛੱਡਦੀ ਜਾਏ, ਤਾਂ ਉਹਦਾ ਸਰੂਪ ਸਿੱਖੀ ਵਾਲਾ ਹੋਏਗਾ, ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ। ਹੋਰ ਇਹ ਤੁਹਾਡਾ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਅਗਰ ਬੱਚਾ ਪੈਦਾ ਹੁੰਦਾ ਘਰ ਦੇ ਵਿੱਚ, ਹਾਂ, ਗੁਰਸਿੱਖ ਹੋ ਜਾਂ ਕਿਸੇ ਵਿੱਚ ਵੀ ਹੋਵੇ, ਅਗਰ ਉਹਨੂੰ ਨਾ ਛੇੜਿਆ ਜਾਵੇ, ਬਿਲਕੁਲ ਗੁਰਸਿੱਖ ਹੀ ਪੈਦਾ ਹੁੰਦਾ। ਹਾਂਜੀ ਹਾਂਜੀ, ਬਿਲਕੁਲ ਗੁਰਸਿੱਖ ਪੈਦਾ ਹੁੰਦਾ। ਕਿੰਨਾ ਅੱਗੇ ਇਰਾਦਾ ਹੈ ਕਿ ਆਪਾਂ ਇਹਦੇ ਬੱਚਿਆਂ ਨੂੰ ਹੋਰ ਬਾਣੀ ਨਾਲ ਜੋੜੀਏ ਔਰ ਇਹਨਾਂ ਨੂੰ ਆਪਣੇ ਕਲਾ ਜਦ ਤੱਕ ਦਾਤੇ ਨੇ, ਜਦ ਤੱਕ ਦਾਤੇ ਨੇ ਸੇਵਾ ਬਖਸ਼ੀ, ਬਿਲਕੁਲ ਇਸ ਤਰ੍ਹਾਂ ਹੀ ਬੱਚਿਆਂ ਨੂੰ ਆਉਣ ਵਾਲੇ ਟਾਈਮ 'ਚ ਬੱਚਿਆਂ ਨੂੰ ਅੱਗੇ ਕੀਤਾ ਜਾਏਗਾ। ਕੀ ਨਾਮ ਹੈ ਬੇਟਾ? ਸਿਮਰਨਜੀਤ ਕੌਰ। ਸਿਮਰਨਜੀਤ ਜੀ, ਤੁਸੀਂ ਅਨੰਦ ਸਾਹਿਬ ਪੜ੍ਹਿਆ ਸੀਗਾ? ਹਾਂਜੀ। ਇਹ ਕਦੋਂ ਪੜ੍ਹਿਆ ਜਾਂਦਾ ਅਤੇ ਕਿਸ ਲਈ ਪੜ੍ਹਿਆ ਜਾਂਦਾ? ਜਦੋਂ ਸਾਰੀ ਬਾਣੀ ਮੁਕੰਮਲ ਹੋ ਜਾਂਦੀ ਹੈ ਉਦੋਂ ਅਨੰਦ ਸਾਹਿਬ ਪੜ੍ਹਿਆ ਜਾਂਦਾ ਹੈ, ਭਾਵੇਂ ਖੁਸ਼ੀ ਵੇਲੇ ਹੋਵੇ ਭਾਵੇਂ ਗਮੀ ਵੇਲੇ ਹੋਵੇ, ਉਦੋਂ ਆਪਾਂ ਅਨੰਦ ਸਾਹਿਬ ਕਰਦੇ ਹਾਂ ਭੋਗ ਪਾਣ ਵੇਲੇ, ਫਿਰ ਉਸ ਤੋਂ ਉਪਰੰਤ ਅਰਦਾਸ ਹੁੰਦੀ ਹੈ। ਅਤੇ ਤੁਸੀਂ ਕੀਰਤਨ ਵੀ ਕਰਦੇ ਹੋ, ਇਹ ਸਾਰਾ ਕੁਝ ਕਿੰਨੀ ਉਮਰ ਦੇ ਵਿੱਚ ਤੁਸੀਂ ਇਹ ਸ਼ੁਰੂ ਕੀਤਾ? ਅਸੀਂ ਸ਼ੁਰੂ ਤੋਂ ਹੀ, ਸਟਾਰਟਿੰਗ ਤੋਂ ਹੀ, ਬੱਚੇ ਹੁੰਦੇ ਟਾਈਮ ਤੋਂ ਸਟਾਰਟ ਕੀਤਾ। ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਕਮੇਟੀ ਦਾ ਅਤੇ ਗੁਰਦੁਆਰੇ ਦਾ, ਜਿਨ੍ਹਾਂ ਨੇ ਸਾਨੂੰ ਇੰਨਾ ਹੌਸਲਾ ਦਿੱਤਾ ਸ਼ੁਰੂ ਤੋਂ ਲੈ ਕੇ ਕਿ ਅਸੀਂ ਕੀਰਤਨ ਕਰਨ ਲੱਗੇ ਹਾਂ। ਪਹਿਲਾਂ ਅਸੀਂ ਪਾਠ ਕਰਦੇ ਹੁੰਦੇ ਸੀ, ਫਿਰ ਸਾਨੂੰ ਗੁਰਦੁਆਰੇ ਸਾਡੇ ਪ੍ਰਧਾਨ ਸਾਹਿਬ ਜੀ ਨੇ ਕੀਰਤਨੀ ਮੈਮ ਲਿਆ ਕੇ ਦਿੱਤੇ ਸਿਖਾਉਣ ਵਾਸਤੇ, ਉਹਨਾਂ ਨੇ ਸਾਨੂੰ ਸਿਖਾਇਆ ਅਤੇ ਹੁਣ ਅੱਜ ਅਸੀਂ ਕੀਰਤਨ ਕਰ ਰਹੇ ਹਾਂ। ਅਤੇ ਹੌਸਲਾ ਵਧਾਈ ਸਾਡੇ ਗੁਰਦੁਆਰੇ ਤੋਂ ਸਾਨੂੰ ਕਾਫੀ ਦਿੱਤੀ ਗਈ ਹੈ, ਅਤੇ ਮੇਰੇ ਘਰ ਦੇ, ਮੇਰੀ ਮੰਮੀ ਤੋਂ ਵੀ ਮੈਨੂੰ ਬਹੁਤ ਹੌਸਲਾ ਦਿੱਤਾ ਗਿਆ ਇਸ ਚੀਜ਼ ਨੂੰ ਇੱਥੇ ਤੱਕ ਇਸ ਮੁਕਾਮ 'ਤੇ ਆਉਣ ਲਈ। ਬਹੁਤ ਬਹੁਤ ਸ਼ੁਕਰੀਆ ਜੱਥੇਦਾਰ ਟੀਵੀ ਲਈ ਗੱਲ ਕਰਨ ਵਾਸਤੇ। ਥੈਂਕ ਯੂ। ਬੀਬੀ ਕੁਲਵੰਤ ਕੌਰ ਜੀ, ਕਿੰਨੇ ਸਮੇਂ ਤੋਂ ਤੁਸੀਂ ਕੀਰਤਨ ਨਾਲ ਜੁੜੇ ਹੋ? ਮੈਂ ਤਾਂ ਛੋਟੇ ਹੁੰਦਿਆਂ ਸੋ, ਬਚਪਨ ਤੋਂ ਹੀ ਸਾਡੇ ਪਿਤਾ ਜੀ ਗਿਆਨੀ ਸੀ, ਪੰਜਾਬੀ ਦੇ ਲੇਖਕ ਸੀ, ਪ੍ਰਚਾਰਕ ਸੀ, ਬਾਹਰ ਪ੍ਰਚਾਰ ਕਰਨ ਵਿੱਚ ਜਾਂਦੇ ਸੀ, ਗਿਆਨੀ ਗੋਪਾਲ ਸਿੰਘ ਮਿੱਤਰ ਉਹਨਾਂ ਦਾ ਨਾਮ ਸੀ। ਉਹਨੂੰ ਸ਼ੁਰੂ ਤੋਂ ਹੀ ਉਹਨਾਂ ਨੇ ਸਾਨੂੰ ਬਚਪਨ ਤੋਂ ਹੀ ਉਹਨਾਂ ਨੇ ਸਾਨੂੰ ਕੋਲ ਬਿਠਾ ਕੇ ਰਾਜ ਸਾਹਿਬ ਦਾ ਪਾਠ ਸੁਣਨਾ, ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ, ਉਹ ਸੁਣਨਾ, ਅਖੰਡ ਪਾਠ ਦੀਆਂ ਡਿਊਟੀਆਂ ਵੀ ਮੈਂ ਕਰਦੀ ਹਾਂ, ਅਖੰਡ ਪਾਠ ਵੀ ਸਾਡੇ ਕੋਲ ਕਰਵਾਉਣਾ, ਇੱਕ ਇੱਕ ਤੁਕ ਨੂੰ ਚਾਰ ਚਾਰ ਵਾਰੀ ਸਾਡੇ ਕੋਲ ਪੜਵਾਉਣਾ, ਅਤੇ ਜਿੱਥੇ ਗਲਤੀ ਹੁੰਦੀ ਸੀ ਉਹ ਲਾਈਨ ਚਾਰ ਵਾਰੀ ਸਾਡੇ ਕੋਲ ਪੜਵਾਈ ਜਾਂਦੀ ਸੀ। ਲੱਗਦਾ ਕਿ ਜਦੋਂ ਛੋਟੀ ਪਨੀਰੀ ਤੁਹਾਡੇ ਸਾਹਮਣੇ ਸ਼ਬਦ ਕਰਦੀ ਆ, ਬਹੁਤ ਅੱਛਾ ਲੱਗਦਾ। ਪੜਦੇ ਤਾਂ ਕਿੱਦਾਂ ਲੱਗਦਾ? ਬਹੁਤ ਅੱਛਾ ਲੱਗਦਾ। ਆਪਣੇ ਕੁਝ ਪੁਰਾਣੇ ਦਿਨ ਯਾਦ ਆਉਂਦੇ? ਹਾਂ, ਬਿਲਕੁਲ 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 ਆਉਂਦੇ ਨੇ। ਹਾਂਜੀ, ਬਿਲਕੁਲ ਆਉਂਦੇ ਨੇ ਯਾਦ। ਥੈਂਕ ਯੂ। ਹੁਣ ਸਾਡੇ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸ਼ੁਰੂ ਤੋਂ ਹੀ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਹਨ। ਅੱਜ ਸਟੇਜ 'ਤੇ ਬੱਚੇ ਬੈਠ ਕੇ ਕਿੰਨਾ ਸੋਹਣਾ ਕੀਰਤਨ ਕੀਤਾ ਹੈ, ਛੋਟੀ ਜਿਹੀ ਬੱਚੀ ਨੇ ਦੇਖੋ ਅਰਦਾਸ ਕੀਤੀ ਹੈ, ਅਤੇ ਬਹੁਤ ਅੱਛਾ ਲੱਗਿਆ ਸਾਨੂੰ। ਆਪਣੇ ਦਿਨ ਸਾਨੂੰ ਵਾਕਈ ਯਾਦ ਆ ਗਏ ਕਿ ਅਸੀਂ ਕਿਸ ਤਰ੍ਹਾਂ ਅਸੀਂ ਇਸ ਤਰ੍ਹਾਂ ਕਰਨ ਦੇ ਹੁੰਦੇ ਸੀ ਕੀਰਤਨ। ਅਮਨਦੀਪ ਕੌਰ। ਅਮਨਦੀਪ ਜੀ, ਤੁਸੀਂ ਸ਼ਬਦ ਪੜ੍ਹਿਆ? ਹਾਂਜੀ। ਉਹਦੇ ਅਰਥ ਕੀ ਹੈ, ਕੀ ਕਹਿੰਦੇ ਸ਼ਬਦ? ਹਾਂਜੀ, ਮੈਂ ਸ਼ਬਦ ਤਿੰਨ ਤਨ ਜੜੇਈ ਮਾਓ ਆਏ ਸਫਲ ਸੇ, ਇਹ ਸ਼ਬਦ ਹੈ ਵਾਹਿਗੁਰੂ ਜੀ। ਮਤਲਬ ਇਹ ਸ਼ਬਦ ਵਿੱਚ ਸਾਨੂੰ ਬਤਾਇਆ ਗਿਆ ਕਿ ਦਿਲੋਂ ਮੁਹੱਬਤ, ਮਤਲਬ ਸਾਡੇ ਵਾਹਿਗੁਰੂ ਜੀ ਨੇ ਮੁਹੱਬਤ ਨਾਲ, ਕਿ ਜੋ ਪੁਰਸ਼ ਹੈ ਉਹ ਮੁਹੱਬਤ ਨਾਲ ਵਾਹਿਗੁਰੂ ਜੀ ਨੂੰ ਪਾ ਸਕਦੇ ਆ, ਜਿਹਨੇ ਮਨ ਨਾਲ ਮੁਹੱਬਤ ਕੀਤੀ ਜਾਵੇ। ਔਰ ਤੁਸੀਂ ਅੱਜ ਅਰਦਾਸ ਕੀਤੀ ਸੀ, ਕੀ ਨਾਮ ਹੈ ਤੁਹਾਡਾ? ਤੁਹਾਡਾ ਕੀ ਨਾਂ ਜੀ? ਹਰਮਨ। ਤੁਸੀਂ ਅਰਦਾਸ ਕੀਤੀ ਸੀ, ਤੇ ਅਰਦਾਸ ਕਿਸ ਲਈ ਕੀਤੀ ਜਾਂਦੀ ਆ? ਚਲੋ ਕੋਈ ਨਹੀਂ, ਹੁਣ ਤੁਸੀਂ ਸਾਨੂੰ ਇਹ ਦੱਸੋ ਬਈ, ਹੁਣ ਤੁਸੀਂ ਕੀਰਤਨ ਸਿੱਖਿਆ ਕਰਨਾ ਜਾਂ ਅਰਦਾਸ ਕਰਿਆ ਕਰਨੀ? ਉੱਚੀ ਕੀਰਤਨ ਸਿੱਖਣਾ? ਕੀਰਤਨ ਬੋਲੋ, ਕੀਰਤਨ ਸਿੱਖਣਾ? ਕੀਰਤਨ ਸਿੱਖਣਾ। ਠੀਕ, ਆਪ ਜਕਾਰਾ ਬੋਲ, ਮੈਨੂੰ ਤੁਸੀਂ ਇਹ ਦੱਸੋ ਵੀ ਜਦੋਂ ਆਨੰਦ ਸਾਹਿਬ ਪੜ੍ਹਿਆ ਜਾਂਦਾ ਲਾਸਟ ਮੇ, ਉਹਦਾ ਅਸਲ ਕੀ ਰੀਜ਼ਨ ਕਿਆ?
ਜਦੋਂ ਸਾਰੀਆਂ ਬਾਣੀਆਂ ਮੁਕੰਮਲ ਹੋ ਜਾਂਦੀਆਂ ਨੇ ਤਦੋਂ ਲਾਸਟ ਵਿੱਚ ਅਰਦਾਸ ਕੀਤੀ ਜਾਂਦੀ ਹੈ ਉਹਦੇ ਅਤੇ ਅਨੰਦ ਸਾਹਿਬ ਪੜਿਆ ਜਾਂਦਾ ਹੈ ਜੀ। ਅਨੰਦ ਸਾਹਿਬ ਤੋਂ ਬਾਅਦ ਤੁਸੀਂ ਕੀਰਤਨ ਸੋਹਲਾ ਵੀ ਕੀਤਾ? ਹਾਂਜੀ। ਤੇ ਕੀਰਤਨ ਸੋਹਲਾ ਕਿਉਂ ਕੀਤਾ ਜਾਂਦਾ? ਕੀਰਤਨ ਸੋਹਲਾ ਬਾਬਾ ਜੀ ਨੂੰ ਪ੍ਰਣਾਮ ਕਰਨ ਲਈ ਕੀਤਾ ਜਾਂਦਾ ਕਿ ਤੁਸੀਂ ਹੁਣ ਸੌਣ ਜਾ ਰਹੇ ਹੋ, ਅਸੀਂ ਤੁਹਾਨੂੰ ਪ੍ਰਣਾਮ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ। ਹੋਰ ਬਾਣੀ ਕਿਹੜੀ ਕਿਹੜੀ ਕੰਠ ਹੈ? ਜਪਜੀ ਸਾਹਿਬ, ਜਾਪ ਸਾਹਿਬ, ਜੈ ਪ੍ਰਸਾਦ, ਦੀਨਨ ਕੀ ਪ੍ਰਿਤਪਾਲ, ਚੌਪੀ ਸਾਹਿਬ, ਚੌਪੀ ਸਾਹਿਬ ਪ੍ਰੈਨਾਬਾਦ, ਆਨੰਦ ਸਾਹਿਬ, ਰਹਿਰਾਜ ਸਾਹਿਬ। ਅਤੇ ਅੱਗੇ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਤੁਸੀਂ, ਕੀ ਕਰਨਾ ਚਾਹੁੰਦੇ? ਮੈਂ ਕ੍ਰਿਕਟਰ ਬਣਨਾ ਚਾਹੁੰਦਾ।